ਰੋਵੇਂਗੀ ਮੈਂ ਕਦਰਾਂ ਨੂੰ ਹੀਰੇ ਮੇਰੀਏ ਜੇ ਹੀਰਿਆਂ ਦੇ ਹਾਰ ਜੇ ਹਯਾਰ ਖੋ ਗਿਆ हां जी किदां सारे दोस्तों जिदां ही तुहानू पता है कि काके बाई दा आ रहा सोंग धूड़ पैंदी बाइक उत्ते कौन बैठूगी। हां जी दोस्तों इस सोंग दी वीडियो तुहानू बहुत जल्द दोस्तों काका बाई देण जा रहा है। ते दोस्तों इस वीडियो दे विच तुहाडे नाल इक खुशी दी गल सांझी करांगे जो काके बाई ने अपने ऑफिशियल अकाउंट दे उत्ते सब दे नाल सांझी कीती आ। पर दोस्तों उस तों पहलां तुहानू दस दईए धूड़ पैंदी बाइक उत्ते कौन बैठूगी। इस सोंग दी वीडियो दा इंतजार इन्ना कु ज्यादा हो रहा जो काके बाई ने पोस्ट किता सी अपना पोस्टर उसके उत्ते कमेंटा दे विच इक गल भरी हुई है डेट दसो किन्नी तरीक नू आ रही है इस सोंग दी वीडियो। तां दोस्तों सोंग आण तो पहला लोग इन्ने के ज्यादा एक्साइटेड होए पए ने। कमेंट पढ़ के दोस्तों तुसी अंदाजा लगा सकदे हो कि काके दे इस सोंग दी वीडियो दी किन्नी क वेट आ लोकां नू जो काके बाई नू पसंद करदे ने काके बाई दे गीतां नू सुणदे ने। बस दोस्तों कुछ दिनां दे विच तुहानू खुशखबरी असी दे देवांगे कि ਕਿੰਨੀ ਤਰੀਕ ਨੂੰ ਆ ਰਿਹਾ ਇਸ ਸੌਂਗ ਦਾ ਵੀਡੀਓ। ਹੁਣ ਗੱਲ ਕਰਦੇ ਹਾਂ ਦੋਸਤੋ ਦੂਜੀ ਜੋ ਤੁਹਾਡੇ ਨਾਲ ਸਾਂਝੀ ਕਰਨੀ ਹੈ ਕਿ ਕਾਕੇ ਬਾਈ ਨੇ ਆਪਣੇ ਚਾਹਣ ਵਾਲਿਆਂ ਦੇ ਨਾਲ ਸਾਂਝੀ ਕੀਤੀ ਹੈ ਇੱਕ ਪੋਸਟ ਜਿਸ ਦੇ ਵਿੱਚ ਦੋਸਤੋ ਆਸ਼ਕ ਪ੍ਰਾਣਾ ਤੇਰਾ ਉਹੀਆਂ ਨਹੀਂ ਮੈਂ ਉਸ ਸੌਂਗ ਦਾ ਪੋਸਟ ਕਾਕੇ ਬਾਈ ਨੇ ਸਭ ਦੇ ਨਾਲ ਸਾਂਝਾ ਕੀਤਾ। ਤੇ ਤੁਹਾਨੂੰ ਦੱਸ ਦਈਏ ਖੁਸ਼ੀ ਦੀ ਗੱਲ ਇਹ ਹੈ ਕਿ ਕਾਕੇ ਬਾਈ ਦੇ ਇਸ ਸੌਂਗ ਦੇ ਉੱਤੇ ਆਸ਼ਕ ਪ੍ਰਾਣਾ ਤੇਰਾ ਉਹੀਆਂ ਨਹੀਂ ਮੈਂ ਤੁਹਾਨੂੰ ਮੈਂ ਬੋਲਦਾ ਸੀ ਇਸ ਸੌਂਗ ਦੀ ਇੰਨੀ ਕੁ ਜ਼ਿਆਦਾ ਡਿਮਾਂਡ ਆ ਹਰ ਇੱਕ ਬੰਦਾ ਬੋਲ ਰਿਹਾ ਸੀ ਕਿ ਇਸ ਸੌਂਗ ਦੀ ਵੀਡੀਓ ਆਵੇ ਇਸ ਸੌਂਗ ਦੀ ਵੀਡੀਓ ਆਵੇ। ਹੋਲੀ ਤੋਂ 2-3 ਦਿਨ ਪਹਿਲਾਂ ਹੀ ਇਸ ਸੌਂਗ ਦੀ ਵੀਡੀਓ ਆ ਗਈ ਸੀ ਤੇ ਅੱਜ ਇਸ ਸੌਂਗ ਦੇ ਉੱਤੇ 50 ਮਿਲੀਅਨ ਤੋਂ ਜ਼ਿਆਦਾ ਵਿਊ ਹੋ ਚੁੱਕੇ ਨੇ। ਤਾਂ ਦੋਸਤੋ ਅੰਦਾਜ਼ਾ ਲਗਾ ਸਕਦੇ ਹੋ ਕਿ ਕਾਕੇ ਦੇ ਚਾਹਣ ਵਾਲੇ ਅੱਜ ਕਿੱਥੇ ਕਿੱਥੇ ਬਣ ਚੁੱਕੇ ਨੇ। ਪੂਰੇ ਵਰਲਡ ਦੇ ਵਿੱਚ ਕਾਕੇ ਨੂੰ ਚਾਹਣ ਵਾਲੇ ਅੱਜ ਬੈਠੇ ਨੇ ਤੇ ਕਾਕੇ ਬਾਈ ਦੇ ਆਉਣ ਵਾਲੇ ਨਵੇਂ ਗੀਤਾਂ ਦੀ ਵੇਟ ਕਰਦੇ ਰਹਿੰਦੇ ਨੇ ਕਿ ਕਾਕਾ ਬਾਈ ਹੁਣ ਕਦੋਂ ਸੌਂਗ ਲੈ ਕੇ ਆਊ, ਕਾਕਾ ਬਾਈ ਹੁਣ ਕਿਹੜਾ ਸੱਪ ਕੱਢੂ। ਤਾਂ ਦੋਸਤੋ ਕਾਕੇ ਬਾਈ ਦੀ ਆਵਾਜ਼, ਕਾਕੇ ਬਾਈ ਦੀ ਲਿਖਤ ਆਤਾ ਦੋਸਤੋ ਸਭ ਦਾ ਦਿਲ ਜਿੱਤ ਲੈਂਦੀ ਹੈ। ਕਾਕੇ ਬਾਈ ਦੀ ਆਵਾਜ਼ ਤੇ ਕਾਕੇ ਬਾਈ ਦੀ ਲਿਖਤ, ਅੱਜ ਬੱਚਾ ਬੱਚਾ ਜਾਣਦਾ ਕਾਕੇ ਬਾਈ ਨੂੰ। ਹਰ ਇੱਕ ਦੇ ਬੁੱਲਾਂ ਦੇ ਉੱਤੇ ਇੱਕੋ ਇੱਕ ਨਾਮ ਹੁੰਦਾ ਕਾਕਾ ਕਾਕਾ ਕਾਕਾ, ਤੇ ਗਾਣੇ ਵੀ ਕਾਕੇ ਬਾਈ ਦੇ ਹੀ ਚੱਲਦੇ ਨੇ। ਸਿਰਫ ਇੱਕ ਮਹੀਨੇ ਦੇ ਉੱਤੇ ਸੌਂਗ ਦੇ ਉੱਤੇ 50 ਮਿਲੀਅਨ ਵਿਊ ਹੋਣਾ ਬਹੁਤ ਵੱਡੀ ਗੱਲ ਆ ਤੇ ਕਾਕੇ ਬਾਈ ਦੇ ਸੌਂਗ ਦੇ ਉੱਤੇ ਆ ਚੁੱਕੇ ਨੇ। ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਸੀ, ਤੁਹਾਨੂੰ ਦੱਸਣਾ ਸੀ ਕਿ ਕਾਕੇ ਬਾਈ ਦਾ ਸੌਂਗ ਆ ਰਿਹਾ ਧੂੜ ਪੈਂਦੀ ਬਾਈਕ ਉੱਤੇ ਕੌਣ ਬੈਠੂਗੀ। ਕੁਝ ਦਿਨਾਂ ਦੇ ਵਿੱਚ ਤੁਹਾਨੂੰ ਇਸ ਦੀ ਵੀਡੀਓ ਮਿਲ ਜਾਵੇਗੀ। ਤੇ ਤੁਹਾਨੂੰ ਕਿੱਦਾਂ ਲੱਗੀ ਇਹ ਵੀਡੀਓ ਥੱਲੇ ਕਮੈਂਟ ਬਾਕਸ ਦੇ ਵਿੱਚ ਆਪਣਾ ਘੈਣ ਜਿਹਾ ਕਮੈਂਟ ਜ਼ਰੂਰ ਛੱਡ ਦਿਓ ਤਾਂ ਕਿ ਸਾਨੂੰ ਪਤਾ ਚੱਲ ਜਾਵੇ ਕਿੰਨੂੰ ਕਿੰਨੂੰ ਘੈਣ ਲੱਗੀ ਇਹ ਵੀਡੀਓ ਤੇ ਕਾਕੇ ਦੇ ਸੌਂਗ ਦੀ ਕੌਣ ਕੌਣ ਕਰ ਰਿਹਾ ਵੇਟ। ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਅੱਗੇ ਜ਼ਰੂਰ ਸ਼ੇਅਰ ਕਰ ਦਿਓ। ਚੈਨਲ ਤੇ ਤੁਸੀਂ ਮੈਂ ਤਾਂ ਤੁਹਾਡੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਤੇ ਕਲਿੱਕ ਜ਼ਰੂਰ ਕਰ ਲਓ ਤਾਂ ਕਿ ਕੋਈ ਵੀ ਨਵੀਂ ਅਪਡੇਟ ਆਵੇ ਉਹਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ। ਜਲਦ ਆਤਰੋਂ ਮੈਂ ਨਵੀਂ ਅਪਡੇਟ ਲੈ ਕੇ ਉਹ ਤੱਕ ਲਈ ਰੱਬ ਰੱਖਾ। ਲੜ ਜੀ ਨਾ ਮਰਜੀ ਤੂੰ ਚੀਖ ਮੇਰੇ ਤੇ, ਪਰ ਸੋਚ ਕਰ ਲੈ ਬਰੀਕ ਮੇਰੇ ਤੇ, ਨੀਅਤ ਮੇਰੀ ਤਾਂ ਹੋ ਗਈ ਲੀਕ ਤੇਰੇ ਤੇ, ਤੇਰੀ ਨਿਗਾਹ ਕਿਉਂ ਆ ਠੀਕ ਠੀਕ ਮੇਰੇ ਤੇ, ਜਿੰਨੀ ਮਰਜੀ ਦਫਾ ਹੋ ਜਾ ਮੇਰੇ ਤੋਂ ਖਫਾ, ਜਿੰਨੀ ਮਰਜੀ ਦਫਾ ਹੋ ਜਾ ਮੇਰੇ ਤੋਂ ਖਫਾ, ਮੈਂ ਲਊਂਗਾ ਮਨਾ ਇਕਰਾਰ ਹੋ ਗਿਆ, ਰੋਵੇਂਗੀ ਮੈਂ ਕਦਰਾਂ ਨੂੰ ਹੀਰੇ ਮੇਰੀਏ ਜੇ ਹੀਰਿਆਂ ਦੇ ਹਾਰ ਜੇ ਹਯਾਰ ਖੋ ਗਿਆ। ਮੇਨਲੈਂਡ ਦੇ ਗਈ।